ਅਰ ਜੀ ਮਰਿੰਦਰ ਮੁਨਸ਼ੀ ਨੇ ਚੱਕ ਕੇ ਥੱਲੇ ਮਾਰਿਆ ਉੱਤੋਂ ਜੀ, ਬੱਖੀ ਜੀ ਸੱਟ ਵੱਜੀ। ਕੀ ਮਾਰਿਆ ਤੇਰੇ? ਉੱਤੋਂ ਚੱਕ ਕੇ ਥੱਲੇ ਮਾਰਿਆ ਜੀ ਕਿਉਂ ਧਰਤੀ ਕਿਉਂ ਨਾਲ। ਮਾਰਿਆ ਤੈਨੂੰ? ਮੈਨੂੰ ਵੀ ਬਤਾਈ ਉਹਨੂੰ ਬਤਾਉਣਾ ਜੀ। ਕਿੰਨਾ ਕੁ ਮਾਰਿਆ ਤੈਨੂੰ? ਕੁੱਟਿਆ ਜੀ ਉਹਨੇ, ਉਹਨੇ ਹੀ ਕੁੱਟਿਆ ਜੀ, ਹੋਰ ਕਿਸੇ ਨੇ ਕੁਝ ਨੀ ਕਿਹਾ। ਤੇਰੇ ਖਿਲਾਫ਼ ਪਰਚਾ ਦਰਜ ਹੋਇਆ ਸੀ ਕੋਈ? ਨਾ ਜੀ ਪਰਚਾ ਤਾਂ ਨਹੀਂ। ਚੋਰੀ ਦਾ ਪਰਚਾ ਦਰਜ ਹੋਇਆ ਤੇਰੇ? ਹੁਣ ਕਰ ਰਿਹਾ ਜੀ, ਮੈਨੂੰ ਕੀ ਪਤਾ ਕਾਹਦਾ ਕਰਿਆ ਜੀ। ਕਾਗਾ ਪੁਲਿਸ ਵੱਲੋਂ ਇੱਕ ਮਾਮਲੇ ਦੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ, ਉਸਦੇ ਖਿਲਾਫ਼ ਮੁਕਦਮਾ ਵੀ ਦਰਜ ਹੋਇਆ ਚੋਰੀ ਦਾ, ਔਰ ਉਸਨੂੰ ਰਿਮਾਂਡ ਦੇ ਦੌਰਾਨ ਅਦਾਲਤ 'ਚ ਪੇਸ਼ ਕਰਨਾ ਸੀ। ਅਦਾਲਤ 'ਚ ਪੇਸ਼ ਦੇ ਦੌਰਾਨ ਜਿਹੜਾ ਨੌਜਵਾਨ ਹੈ ਮਨਦੀਪ ਸਿੰਘ, ਉਸਦੀ ਹਾਲਤ ਵਿਗੜੀ ਹੈ, ਉਹਨੂੰ ਸਮਾਣਾ ਸਰਕਾਰੀ ਹੋਸਪਿਟਲ 'ਚ ਲੈ ਕੇ ਆਇਆ ਗਿਆ, ਜਿੱਥੇ ਡਾਕਟਰਾਂ ਨੇ ਵੀ ਦੱਸਿਆ ਕਿ ਉਸਨੂੰ ਖੂਨ ਦੀ ਉਲਟੀ ਆਈ ਹੈ। ਲੇਕਿਨ ਇਸ ਦੇ ਵਿੱਚ ਪਰਿਵਾਰ ਦਾ ਆਰੋਪ ਹੈ ਕਿ ਜਿਹੜਾ ਸਾਡਾ ਨੌਜਵਾਨ ਸੀ 4 ਦਿਨ ਤੋਂ ਲਾਪਤਾ ਸੀ, ਉਹਦੇ ਨਾਲ ਕੋਈ ਮਾਰਪੀਟ ਕੀਤੀ ਹੈ। ਪੁਲਿਸ ਨੇ ਇਹ ਆਰੋਪ ਉਹਦੇ ਚਾਚੇ ਵੱਲੋਂ ਲਾਏ ਗਏ ਹੈ, ਲੇਕਿਨ ਹੁਣ ਸਾਰਾ ਜਾਂਚ ਦਾ ਵਿਸ਼ਾ ਵੀ ਕੀ ਕਾਰਨ ਹੈ। ਡਾਕਟਰ ਦੀਪ ਜਿਹੜਾ ਇਹ ਲੈ ਕੇ ਆਏ ਸੀ ਪੁਲਿਸ ਵਾਲੇ ਮੈਡੀਕਲ ਕਰਾਉਣ ਵਾਸਤੇ, ਇਹ ਕਿਆ ਪੇਸ਼ੈਂਟ ਲੈ ਕੇ, ਕੀ ਨਾਮ ਹੈ, ਕੀ ਹੋਇਆ ਇਸਨੂੰ? ਪੇਸ਼ੈਂਟ ਦਾ ਨਾਮ ਮਨਦੀਪ ਸਿੰਘ ਹੈ ਜੀ, ਤੇ ਪ੍ਰਿਜ਼ਨਰ ਹੈ ਇਹ, ਤੇ ਆਪਣੇ ਕੋਲ ਖੂਨ ਦੀ ਉਲਟੀ ਨਾਲ ਆਇਆ ਸੀਗਾ, ਤੇ ਆਪਾਂ ਫਸਟ ਏਡ ਕਰਕੇ ਫਿਰ ਰੈਫਰ ਕੀਤਾ ਫੋਰ ਫਰਦਰ ਮੈਨੇਜਮੈਂਟ। ਕਿੰਨਾ ਟਾਈਮ ਰੱਖਿਆ ਇੱਥੇ, ਲੈ ਕੇ ਕੌਣ ਆਇਆ ਇਹਨੂੰ ਪਤਾ ਕੁਛ? ਲੈ ਕੇ ASI ਲੈ ਕੇ ਆਏ ਸੀ ਇਹਨੂੰ, ਪੁਲਿਸ ਮੁਲਾਜ਼ਮ। ਕਿਹੜੇ ਥਾਣੇ ਦਾ ਹੈ? ਅਬਾਊਟ ਇਹ ਥਾਣਾ ਘੱਗਾ ਜੀ। ਇਹ ਜਿਹੜਾ ਬੰਦਾ ਹੈ, ਕੀ ਮਾਮਲਾ, ਕੋਈ ਦਰਜ ਹੈ ਇਸਦੇ ਖਿਲਾਫ? ਇਹਦੇ ਮੁਕੱਦਮਾ ਦਰਜ ਸੀ 9/24 ਜੀ। ਹਾਂਜੀ, 379 ਤੇ 411 ਕੀ ਸੀਗਾ ਜੀ? ਐਕਸੀਡੈਂਟ ਦਾ ਚੋਰੀ ਦਾ? ਨਹੀਂ ਨਹੀਂ, ਚੋਰੀ ਦਾ ਜੀ। ਜੀ, ਇੱਕ ਮੋਟਰਸਾਈਕਲ ਤੇ ਸਿਲੰਡਰ। ਕੀ ਨਾਮ ਹੈ ਇਹਦਾ? ਇਹਦਾ ਮਨਦੀਪ ਸਿੰਘ ਹੈ, ਇਹਲੀ ਸੈਫੀ ਹੈ, ਹਮੀਰ ਸਿੰਘ ਦਾ ਮੁੰਡਾ ਜੀ, ਸਾਧ ਮਾਜਰਾ ਜੀ। ਕਿਹੜੇ ਪਿੰਡ ਦੇ ਰਹਿਣ ਵਾਲੇ? ਇਹ ਸਾਧ ਮਾਜਰਾ ਜੀ। ਤੇ ਕਿੰਨੇ ਦਿਨ ਤੇ ਚੱਕਿਆ ਹੈ? ਇਹ ਚੱਕਿਆ ਤਾਂ ਜੀ ਰਿਮਾਂਡ ਸੀ ਜੀ, ਪੁਲਿਸ ਰਿਮਾਂਡ ਤੇ 27 ਤਰੀਕ ਤੋਂ। ਅੱਛਾ, ਹੁਣ ਅੱਜ ਇਹਦਾ ਖਤਮ ਹੁੰਦਾ ਸੀ ਜੀ। ਅੱਛਾ ਜੀ। ਤੇ ਇਹ ਬਿਮਾਰ ਹੋਣ ਕਰਕੇ ਅਚਾਨਕ ਆਂਦੇ ਆਂਦੇ ਜੀ ਇੱਥੇ ਦਾਖਲ ਕਰਾਤਾ ਜੀ। ਮਨ ਸਿਹਤ ਖਰਾਬ ਹੋ ਗਈ? ਹਾਂਜੀ, ਉਹ ਕਹਿੰਦੇ ਵੀ ਰੈਫਰ ਕਰਤਾ ਜੀ, ਤੁਸੀਂ ਪਟਿਆਲੇ ਲੈ ਜਾਓ। ਡਾਕਟਰ ਨੇ ਕੀ ਦੱਸਿਆ? ਕਹਿੰਦੇ ਵੀ ਰੈਫਰ ਕਰਤਾ, ਠੀਕ ਹੈ ਫਿਲਹਾਲ, ਤੁਸੀਂ ਲੈ ਜਾਓ ਪਟਿਆਲੇ। ਅਰ ਜੀ ਮਰਿੰਦਰ ਮੁਨਸ਼ੀ ਨੇ ਚੱਕ ਕੇ ਥੱਲੇ ਮਾਰਿਆ ਉੱਤੋਂ ਜੀ, ਬੱਖੀ ਜੀ ਸੱਟ ਵੱਜੀ। ਕੀ ਮਾਰਿਆ ਤੇਰੇ? ਉੱਤੋਂ ਚੱਕ ਕੇ ਥੱਲੇ ਮਾਰਿਆ ਜੀ। ਕਿਉਂ ਕਿਉਂ ਮਾਰਿਆ ਤੈਨੂੰ? ਮੈਨੂੰ ਵੀ ਬਤਾਈ ਉਹਨੂੰ ਬਤਾਉਣਾ ਜੀ। ਕਿੰਨਾ ਕੁ ਮਾਰਿਆ ਤੈਨੂੰ? ਕੁੱਟਿਆ ਜੀ ਉਹਨੇ, ਉਹਨੇ ਹੀ ਕੁੱਟਿਆ ਜੀ, ਹੋਰ ਕਿਸੇ ਨੇ ਕੁਝ ਨੀ ਕਿਹਾ। ਤੇਰੇ ਖਿਲਾਫ਼ ਪਰਚਾ ਦਰਜ ਹੋਇਆ ਸੀ ਕੋਈ? ਨਾ ਜੀ ਪਰਚਾ ਤਾਂ ਨਹੀਂ। ਚੋਰੀ ਦਾ ਪਰਚਾ ਦਰਜ ਹੋਇਆ ਤੇਰੇ? ਹੁਣ ਕਰ ਰਿਹਾ ਜੀ, ਮੈਨੂੰ ਕੀ ਪਤਾ ਕਾਹਦਾ ਕਰਿਆ ਜੀ। ਕਾਗਾ ਪੁਲਿਸ ਵੱਲੋਂ ਇੱਕ ਮਾਮਲੇ ਦੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ, ਉਸਦੇ ਖਿਲਾਫ਼ ਮੁਕਦਮਾ ਵੀ ਦਰਜ ਹੋਇਆ ਚੋਰੀ ਦਾ, ਔਰ ਉਸਨੂੰ ਰਿਮਾਂਡ ਦੇ ਦੌਰਾਨ ਅਦਾਲਤ 'ਚ ਪੇਸ਼ ਕਰਨਾ ਸੀ। ਅਦਾਲਤ 'ਚ ਪੇਸ਼ ਦੇ ਦੌਰਾਨ ਜਿਹੜਾ ਨੌਜਵਾਨ ਹੈ ਮਨਦੀਪ ਸਿੰਘ, ਉਸਦੀ ਹਾਲਤ ਵਿਗੜੀ ਹੈ, ਉਹਨੂੰ ਸਮਾਣਾ ਸਰਕਾਰੀ ਹੋਸਪਿਟਲ 'ਚ ਲੈ ਕੇ ਆਇਆ ਗਿਆ, ਜਿੱਥੇ ਡਾਕਟਰਾਂ ਨੇ ਵੀ ਦੱਸਿਆ ਕਿ ਉਸਨੂੰ ਖੂਨ ਦੀ ਉਲਟੀ ਆਈ ਹੈ। ਲੇਕਿਨ ਇਸ ਦੇ ਵਿੱਚ ਪਰਿਵਾਰ ਦਾ ਆਰੋਪ ਹੈ ਕਿ ਜਿਹੜਾ ਸਾਡਾ ਨੌਜਵਾਨ ਸੀ 4 ਦਿਨ ਤੋਂ ਲਾਪਤਾ ਸੀ, ਉਹਦੇ ਨਾਲ ਕੋਈ ਮਾਰਪੀਟ ਕੀਤੀ ਹੈ। ਪੁਲਿਸ ਨੇ ਇਹ ਆਰੋਪ ਉਹਦੇ ਚਾਚੇ ਵੱਲੋਂ ਲਾਏ ਗਏ ਹੈ, ਲੇਕਿਨ ਹੁਣ ਸਾਰਾ ਜਾਂਚ ਦਾ ਵਿਸ਼ਾ ਵੀ ਕੀ ਕਾਰਨ ਹੈ। ਡਾਕਟਰ ਦੀਪ ਜਿਹੜਾ ਇਹ ਲੈ ਕੇ ਆਏ ਸੀ ਪੁਲਿਸ ਵਾਲੇ ਮੈਡੀਕਲ ਕਰਾਉਣ ਵਾਸਤੇ, ਇਹ ਕਿਆ ਪੇਸ਼ੈਂਟ ਲੈ ਕੇ, ਕੀ ਨਾਮ ਹੈ, ਕੀ ਹੋਇਆ ਇਸਨੂੰ? ਪੇਸ਼ੈਂਟ ਦਾ ਨਾਮ ਮਨਦੀਪ ਸਿੰਘ ਹੈ ਜੀ, ਤੇ ਪ੍ਰਿਜ਼ਨਰ ਹੈ ਇਹ, ਤੇ ਆਪਣੇ ਕੋਲ ਖੂਨ ਦੀ ਉਲਟੀ ਨਾਲ ਆਇਆ ਸੀਗਾ, ਤੇ ਆਪਾਂ ਫਸਟ ਏਡ ਕਰਕੇ ਫਿਰ ਰੈਫਰ ਕੀਤਾ ਫੋਰ ਫਰਦਰ ਮੈਨੇਜਮੈਂਟ। ਕਿੰਨਾ ਟਾਈਮ ਰੱਖਿਆ ਇੱਥੇ, ਲੈ ਕੇ ਕੌਣ ਆਇਆ ਇਹਨੂੰ ਪਤਾ ਕੁਛ? ਲੈ ਕੇ ASI ਲੈ ਕੇ ਆਏ ਸੀ ਇਹਨੂੰ, ਪੁਲਿਸ ਮੁਲਾਜ਼ਮ। ਕਿਹੜੇ ਥਾਣੇ ਦਾ ਹੈ? ਅਬਾਊਟ ਇਹ ਥਾਣਾ ਘੱਗਾ ਜੀ। ਇਹ ਜਿਹੜਾ ਬੰਦਾ ਹੈ, ਕੀ ਮਾਮਲਾ, ਕੋਈ ਦਰਜ ਹੈ ਇਸਦੇ ਖਿਲਾਫ਼? ਇਹਦੇ ਮੁਕੱਦਮਾ ਦਰਜ ਸੀ 9/24 ਜੀ। ਹਾਂਜੀ, 379 ਤੇ 411 ਕੀ ਸੀਗਾ ਜੀ? ਐਕਸੀਡੈਂਟ ਦਾ ਚੋਰੀ ਦਾ? ਨਹੀਂ ਨਹੀਂ, ਚੋਰੀ ਦਾ ਜੀ। ਜੀ, ਇੱਕ ਮੋਟਰਸਾਈਕਲ ਤੇ ਸਿਲੰਡਰ। ਕੀ ਨਾਮ ਹੈ ਇਹਦਾ? ਇਹਦਾ ਮਨਦੀਪ ਸਿੰਘ ਹੈ, ਇਹਲੀ ਸੈਫੀ ਹੈ, ਹਮੀਰ ਸਿੰਘ ਦਾ ਮੁੰਡਾ ਜੀ, ਸਾਧ ਮਾਜਰਾ ਜੀ। ਕਿਹੜੇ ਪਿੰਡ ਦੇ ਰਹਿਣ ਵਾਲੇ? ਇਹ
ਸਾਧਮਾਜਰਾ ਜੀ। ਤੇ ਕਿੰਨੇ ਦਿਨ ਤੇ ਚੱਕਿਆ ਹੋਇਆ ਇਹ? ਚੱਕਿਆ ਤਾਂ ਜੀ ਰਿਮਾਂਡ ਸੀ ਜੀ, ਪੁਲਿਸ ਰਿਮਾਂਡ ਤੇ 27 ਤਰੀਕ ਤੋਂ। ਅੱਛਾ, ਹੁਣ ਅੱਜ ਇਹਦਾ ਖਤਮ ਹੁੰਦਾ ਸੀ ਜੀ। ਅੱਛਾ ਜੀ। ਤੇ ਇਹ ਬਿਮਾਰ ਹੋਣ ਕਰਕੇ ਅਚਾਨਕ ਆਉਂਦੇ ਆਉਂਦੇ ਜੀ ਇੱਥੇ ਦਾਖਲ ਕਰਾਤਾ ਜੀ। ਮਤਲਬ ਸਿਹਤ ਖਰਾਬ ਹੋ ਗਈ? ਹਾਂਜੀ, ਉਹ ਕਹਿੰਦੇ ਵੀ ਰੈਫਰ ਕਰਤਾ ਜੀ, ਤੁਸੀਂ ਪਟਿਆਲੇ ਲੈ ਜਾਓ। ਡਾਕਟਰ ਨੇ ਕੀ ਦੱਸਿਆ? ਕਹਿੰਦੇ ਵੀ ਰੈਫਰ ਕਰਤਾ, ਠੀਕ ਹੈ ਫਿਲਹਾਲ, ਤੁਸੀਂ ਲੈ ਜਾਓ ਪਟਿਆਲੇ ਜੀ। ਹਾਂਜੀ।